इसका तो कोई फायदा नहीं ना, इसका तो कोई फायदा नहीं। वो उधर पता क्या खड्डा बहुत था, बड़ा खड्डा था बहुत, अंदर घुस गए वो। हम तो ये देखने के लिए रुके थे, मैं पीछे देखा नहीं, बचाओ गया भी। अं तो यह देख ली ब्रेक मारी सी, साढ़े पिछे आते राइडर, वो बहुत ज़्यादा पुल खराब है, उत्थे एडा वा खड्डा सी, उन्हें दिसिया नहीं, तो वह डिग पिया बिच। जो मैं उतरिया डिगया पिछे, फौज वाला वीर भी वह भी दौड़ आया, पर उन्होंने बेचारे का क्लच टुट गया साइड तो टूटा। अं तो फोटो खिंच के फिर वेखते जो उन्होंने हेल्प की लड़ हुई फिर देख लेंगे। किन्ने साल पहले भी असं इतने आए थे, अज फिर उ आ गए। ओ देखो कि कुदरती बनया, मैं कहना तुम दिखाने ली, रेता वाले पहाड़ आए क्रैश होंगे रेंदे। हाँ वो टुट जाना हिस्सा ना, हाँ नेरिया नूरिया आई है टुट जाना। हाँ कोल जाके विखा, खिंचनी तो नहीं फोटो उत्ते, चलो गाड़ी तो निकल जाता है। अगर कोई रात को आ गए उसका, रात को तो नहीं आता कोई रोड, बाइक का नहीं चल रहा। मैं हरियाणा से, ये दिल्ली से। KTM 250 ठीक है, हैंडल वगैरह देख लो सीधा ही है बैठ के। हाँ वो तो ठीक है, बच गया। ये गार्ड लगे हैं ना, इन्होंने बचा लिया इनकी वजह से बचा। आ जाएगा पिकर, इस काम करेगी, चलेगा चलेगा, जाएगी, उसकी दिक्कत नहीं है। सामने जाके मेरे पास लीवर भी पड़ा, लीवर भी चेंज कर दो। चलो भी कितनी कुछ तब्दीली आ गई। हां बनन दिया सारा कुछ, रिपेयर चलन दे ही आ, चौड़ियाँ करन दे, सड़क पट्टियाँ करन दे, करके इधर की भी राह खराब आ। पिछे आ गया वही पॉइंट जिते ना अपन आवाजा आपां बैक सुनदियां आ, जो कुछ आवाज उच्ची सारी मर गई ना, आवाज सुनती आप ओके मारा आवाज इतने। हैलो हैलो, इतने नहीं आती पिछे आपू सुनूगी आवाज दोबारा अपनी आवाज। ਇਹ ਆ ਉਹ ਪੁਆਇੰਟ ਦੋ ਪਹਾੜੀਆਂ ਦੇ ਸੈਂਟਰ ਦੇ ਵਿੱਚ ਜਿੱਥੋਂ ਆਵਾਜ਼ ਘੁੰਮਦੀ ਆ ਪਹਾੜੀ ਦੇ। ਵੇਖੋ ਓਏ ਹੋਏ ਹੋਏ, ਉਹ ਕਿਆ ਬਾਸ ਫਿਰ ਇੱਧਰ ਆ ਮਾੜਾ ਜਿਹਾ, ਉਹ ਤੁਹਾਡਾ ਪਲਾ ਹੀ ਹੋ ਗਿਆ ਓਏ, ਇੱਧਰ ਆ ਇੱਧਰ ਨੂੰ ਖੜੀ ਹੋ ਕੇ ਦੇਖ, ਜਿੱਦਾਂ ਬੁਰਜ ਖਲੀਫਾ ਨਹੀਂ ਹੁੰਦਾ ਉਹ, ਡਰ ਲੱਗਦਾ ਤਾਂ ਉਹਨੂੰ ਦੇਖ ਕੇ, ਹੈ ਨਾ ਜਿੱਦਾਂ ਪਹਾੜੀ ਐਨ ਮੋੜ ਲੱਗੀ ਹੁੰਦੀ ਆ, ਤੁਹਾਡਾ ਪਲਾ ਹੋ ਗਿਆ ਸਿੱਧੀ ਸਟੇਟ। जिदा ना जो वजदी आ विच फिर घुमा गए जेडे पहाड़ फिर आपां नूं सुणाउंदे। हैलो
ਲਾਈ ਸੀ ਉਹਦਾ ਚਲੋ ਚੱਲੀਏ, ਠੰਡ ਲੱਗ ਗਈ, ਨਾਲ ਨਾਲ ਝਰਨਾ ਵੀ ਆ ਇਧਰਲੀ ਸਾਈਡ। ਆਹ ਆ ਨਾਮ ਇਹਦਾ, ਸਰਚ ਕਰਕੇ ਦੇਖ ਸਕਦੇ ਆ, ਕੰਗ ਲਾ ਜਲ, ਪਤਾ ਨਹੀਂ ਮੈਨੂੰ ਟੋਟਲ ਪੂਰਾ ਨਾਂ ਨਹੀਂ ਪੜ੍ਹ ਹੁੰਦਾ, ਆਹ ਪੜ੍ਹ ਲਓ, ਕੰਗ ਲਾ ਜਲਾਂਡਮ, ਪਤਾ ਨਹੀਂ ਸਾਨੂੰ ਪਤਾ ਪਹਿਲੀ ਵਾਰੀ ਕਿੱਦਾਂ ਪਤਾ ਲੱਗਾ ਸੀ। ਅਸੀਂ ਜਦੋਂ ਪਹਿਲੀ ਵਾਰੀ ਆਏ ਨਾ ਕਨੇਡਾ ਦੇ ਆਏ ਸੀ, ਅਸੀਂ ਹਾਰਨ ਮਾਰਿਆ, ਜਦੋਂ ਹਾਰਨ ਦਾ ਆਵਾਜ਼ ਸਾਨੂੰ ਹੀ ਸੁਣੀ, ਕੀ ਹੋਇਆ, ਫਿਰ ਮਾਰਿਆ, ਫਿਰ ਸਾਨੂੰ ਹੀ, ਫਿਰ ਅਸੀਂ ਖੜੇ ਹੋ ਗਏ ਜਦੋਂ, ਫਿਰ ਦੋ ਤਿੰਨ ਹਾਰਨ ਮਾਰੇ, ਫਿਰ ਸੁਣੇ ਸਾਨੂੰ। ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਇੱਥੇ ਆਵਾਜ਼ ਆਪਣੇ ਆਪ ਆਪਣੀ ਘੁੰਮ ਕੇ ਆਉਂਦੀ ਹੈ, ਨਹੀਂ ਪਤਾ ਕਿਸੇ ਨੂੰ ਵੀ, ਹੈ ਨਾ, ਕਈਆਂ ਕਈਆਂ ਨੂੰ ਪਤਾ ਆ। ਹੁਣ ਆਉਣੀਆਂ ਹਾਈਟਾਂ, ਉਹ ਵੀ ਤੁਹਾਨੂੰ ਵਿਖਾਉਂਦੇ, ਬਣੀਆਂ ਕਿ ਨਹੀਂ ਸਿੰਦਰੀਆਂ, ਗੱਲਾਂ ਬਾਤਾਂ, ਇਹ ਚੀਜ਼ਾਂ ਹੀ ਵੇਖਦੇ ਹਾਂ, ਰੁਕ ਰੁਕ ਕੇ ਵੇਖਦੇ ਹਾਂ ਇਹ ਚੀਜ਼ਾਂ। ਇੱਕ ਹੋਰ ਪੁਆਇੰਟ ਆ ਗਿਆ ਹਾਈਐਸਟ, ਇੱਥੇ ਵੀ ਰੁਕੇ ਹੋਏ ਰਾਈਡਰ ਬਹੁਤ, ਗੋਰੇ ਵੀ ਰੁਕੇ ਹੋਏ ਆ। ਕਿਹੜਾ ਪਾਸ ਆ ਇਹ, ਖਤਰਨਾਕ ਹਵਾ ਵਗੜਦੀ, ਖਤਰਨਾਕ ਇੱਥੇ ਸਟਿੱਕਰ ਰਹਿਣਾ ਨਹੀਂ ਗਾ ਕਿਉਂਕਿ ਪੇਂਟ ਕੀਤਾ ਆ, ਲਾਉਣਾ ਤਾਂ ਲਾ ਦਿਓ, ਲੱਕੜ 'ਤੇ ਡਿੱਗ ਜਾਂਦਾ ਸਟਿੱਕਰ। ਬਹੁਤ ਜ਼ਿਆਦਾ ਹਾਈਟ ਤਾਂ, ਜਿੰਨੀ ਜ਼ਿਆਦਾ ਹਾਈਟ ਉੰਨੀ ਤੇਜ਼ ਹਵਾ, ਕਿੰਨੀ ਤੇਜ਼ ਹਵਾ। ਬਰੇਕਾਂ ਵੱਜ ਗਈਆਂ, ਵੇਖੋ ਕਿੰਨੀਆਂ ਲੰਬੀਆਂ ਲਾਈਨਾਂ ਲੱਗੀਆਂ ਆ, ਹੁਣ ਅਸੀਂ ਲੇਟ ਹੋਵਾਂਗੇ ਪੱਕਾ ਹੀ, ਜ਼ਿਆਦਾ ਮਿਲਟਰੀ ਦੀਆਂ ਆ, ਉਹਨਾਂ ਦਾ ਅੱਗੇ ਕੰਮ ਚੱਲਦਾ, ਇੱਕ ਇੱਕ ਕਰਕੇ ਗੱਡੀ ਨਿਕਲਣ ਦੀ ਆ, ਫਿਲਹਾਲ ਤਾਂ ਗੱਡੀਆਂ ਖੜੀਆਂ ਹੀ ਆ, ਕੋਈ ਵੀ ਨਹੀਂ ਹਿੱਲਣ ਦੀ। 2 ਘੰਟੇ ਲੱਗੇ ਜਾਮ 'ਚੋਂ ਨਿਕਲਣੇ, ਪੂਰੇ 2 ਘੰਟੇ, ਕੋਈ ਦੀ ਨਾ ਕਾਣਵਾਈ ਸੀ ਅੱਗੇ, ਇਸ ਕਰਕੇ ਜਾਮ ਲੱਗਾ ਸੀਗਾ। ਹੈਲੋ ਓਏ ਦਾਦਾਕੀ, ਇੱਧਰ ਆ, ਹੈਲੋ ਓਏ ਇਹਦੇ, ਇੱਧਰ ਇੱਧਰ ਆ, ਇੱਧਰ ਆ, ਇੱਧਰ ਆ, ਟੋਪੀ ਕਰਨਾ, ਟੋਪੀ ਕਰਨਾ, ਗੱਲਾਂ ਕਰਨਾ, ਇੱਥੇ ਰੁਕ ਕੇ ਨਾ ਚਾਹ ਪੀਣ ਲੱਗੇ ਹਾਂ। ਹੁਣ ਨੂੰ ਤਾਂ ਅਸੀਂ ਪਹੁੰਚ ਜਾਣਾ ਸੀਗਾ ਮਨਾਲੀ ਦੇ ਲਾਗੇ ਛਾਗੇ, ਸਿੱਧੇ 2-2.5 ਘੰਟਿਆਂ ਦਾ ਫਰਕ ਪੈ ਗਿਆ, 2.5 ਘੰਟਿਆਂ ਦਾ ਫਰਕ ਪੈ ਗਿਆ, ਸਿੱਧਾ ਹੀ 2.5 ਘੰਟੇ ਉੱਥੇ ਵੀ ਖਰਾਬ ਹੋਏ ਨਾ, ਹੁਣ ਨਾ ਪਹੁੰਚ ਜਾਣਾ ਸੀ ਮਨਾਲੀ, ਪਹੁੰਚਣ ਵਾਲੇ ਹੋਣਾ ਸੀ, ਪਹੁੰਚ ਹੀ ਜਾਣਾ ਸੀ ਅੱਬਲ। ਚਲੋ ਚਲੋ ਇੱਥੇ 10 ਮਿੰਟ ਰੁਕ ਗਏ, ਬਿਸਕੁਟ ਦੇ ਦਿਓ ਆਂਟੀ ਜੀ। ਕੌਣ ਕੌਣ ਸਾ ਹੈ, ਪਾਰਲੇ ਜੀ ਚੱਲੂ, ਇਹ ਠੀਕ ਹੈ, ਲਓ ਜਨਾਬ, ਯਹਾਂ ਸੇ ਹਿਮਾਚਲ ਸ਼ੁਰੂ ਹੋ ਜਾਏਗਾ ਨਾ, ਅਬ ਯੇ ਲਦਾਖ ਮੇ ਪੜਤਾ ਹੈ ਸਰਚੂ, ਲਾਸਟ ਆਗੇ ਹਿਮਾਚਲ ਸ਼ੁਰੂ ਹੋ ਜਾਏਗਾ, ਹਿਮਾਚਲ ਓਕੇ, ਅੱਗੇ ਹਿਮਾਚਲ ਸ਼ੁਰੂ ਹੋ, ਮਤਲਬ ਇਹ ਹੱਦ ਵਾ, ਇਹ ਨਹੀਂ ਨਹੀਂ ਲਦਾਖ ਦੀ ਜਾਂ ਸਰਚੂ ਹਿਮਾਚਲ ਸ਼ੁਰੂ ਆ, ਉਹ ਮੇਰੀ ਚਾਹ ਉੱਧਰ ਪਈ ਆ, ਵਾਹ ਇੱਥੇ ਆ ਗਿਆ ਤਾਂ ਸੁੱਕੇ ਦਾਣੇ ਵੀ ਸਵਾਦ ਲੱਗਦੇ ਆ, ਸੁੱਕੇ ਦਾਣੇ ਖਾ ਲਓ, ਉਹ ਵੀ ਵਧੀਆ ਹੀ ਵਧੀਆ, ਪਰਲੇ ਜੀ ਵਾਲੇ ਬਿਸਕੁਟ
ਸਨੋ ਕਬ ਪੜੇਗਾ ਸਨੋ ਹੈ ਬਰਫ ਦੱਸੋ ਬਰਫ ਸਨੋ ਤਾਂ ਸਭ ਤੋਂ ਅੰਗੀਠੀ ਲਈ ਆ ਸਿੱਧਾ ਧੂਆਂ ਬਾਹਰ ਚੱਲੋ ਉੱਧਰ ਫੌਜੀ ਕਾਣਵਾਈ ਆ ਗਈ ਉਹ ਧੱਕੀ ਤਰੇ ਆਉਂਦੇ ਫਿਰ ਉਹ ਵੇਖੋ ਉਹ ਵੀ ਉੱਡਦੇ ਆ ਗਏ ਆ ਗਏ ਮੈਂ ਬੜੀ ਤੇਜ਼ ਆਇਆ ਸੀਗਾ ਮੈਂ ਕਿਹਾ ਕੱਟ ਜਾਈਏ ਸਾਰਿਆਂ ਨੂੰ ਫਿਰ ਆ ਗਏ ਚਲੋ ਹੁਣ ਤਾਂ ਅੱਗੇ ਮੇਰੇ ਖਿਆਲ ਸੜਕ ਸਹੀ ਆ ਅਜੇ ਦੋ ਪਾਸ ਹੋਣੇ ਉੱਚੇ ਉੱਚੇ ਉਹ ਨਹੀਂ ਹੁੰਦਾ ਹੁਣ ਦੇਖੀ ਜੋ ਫਰ ਗਏ ਤਾਂ ਫਸ ਗਏ ਇੱਕ ਫੌਜੀ ਸੀ ਉਹ ਨੀ ਖੇ ਨੂੰ ਸਾਈਡ ਦਿੰਦਾ ਬਈ ਮੇਰੇ ਅੱਗੇ ਰਾਈਡਰ ਸੀ 6-7 ਮੇਰੇ ਹਿਸਾਬ ਨਾਲ ਸਾਰੇ ਕੋ ਗਾਲਾਂ ਖਾਧੀਆਂ ਹੋਣੀਆਂ ਤੇ ਸਾਰਿਆਂ ਨੇ ਵੱਡੇ ਅਫਸਰਾਂ ਨੇ ਵੀ ਸਾਈਡ ਦਿੱਤੀ ਉਹਨਾਂ ਨੇ ਵੀ ਪਤਾ ਨਹੀਂ ਕੀ ਚੱਕਰ ਉਹ ਦੇਣ ਨਹੀਂ ਦਿਆ ਉਹ ਰਾਈਡਰ ਦੋ ਵਿਚਾਰੇ ਥੱਲੇ ਆਉਣ ਲੱਗੇ ਹਾਰ ਕੇ ਮੈਂ ਹਾਰਨ ਤੇ ਹਾਰਨ ਮਾਰੇ ਤਾਂ ਵੀ ਨਹੀਂ ਦਿੱਤੀ ਉਹਨੇ ਰਾਈਡ ਵਿਚਾਰੇ ਹੌਲੀ 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 ਕਰਕੇ ਰਾਈਡਰ ਨਿਕਲੇ ਪਤਾ ਨਹੀਂ ਇਹ ਤਾਂ ਫੌਜੀ ਸਾਰੇ ਸਾਨੂੰ ਜਿੰਨੇ ਵੀ ਟੱਕਰੇ ਵਧੀਏ ਉਹ ਵੀ ਵਿਚਾਰਾ ਕਿਹਾ ਹੋਣਾ ਖੜਾ ਖੜਾ ਜਾਮ 'ਚ ਲੱਗਾ ਇਹ ਸਭ ਤੋਂ ਮਰੇ ਤਾਂ ਉਹ ਸਭ ਤੋਂ ਮਰੇ ਉਹੀ ਸੀਗਾ ਕਾਣਵਾਈ ਦੇ ਵਿੱਚ ਨਾ ਫਸੇ ਪੁੱਜੇ ਫਿਰ ਬੰਦਾ ਬਹੁਤ ਖਰਾਬ ਹੁੰਦਾ ਜਾਣਾ ਜਦੋਂ ਹਾਈਟ 'ਤੇ ਚੱਲ ਜਾਂਦੇ ਨਾ ਜਦੋਂ ਅੱਗੇ ਗੱਡੀਆਂ ਆਉਂਦੀਆਂ ਫੇਰ ਜਦੋਂ ਕਰੋਸ ਕਰਨਾ ਉਦੋਂ ਪੰਗਾ ਪੈਂਦਾ ਉਦੋਂ ਹੀ ਪਿਆ ਉੱਥੇ ਪੰਗਾ ਚਾਹ ਛੱਕ ਲਈ ਆ ਬੇਟਾ ਪਤਾ ਸਾਹਿਬ ਨਿਕਲੀ ਗਈ ਚਾਬੀ ਫਿਰ ਨਹੀਂ ਸਾਈਡ ਮਿਲਣੀ ਨਿਕਲ ਜੀ ਟਾਈਮ ਸਿਰ ਤਾਂ ਪਹੁੰਚਾਂਗੇ ਹੁਣ ਜਾਂਦੇ ਵਿਚਾਰੇ ਇੱਕ ਉਹ ਰਾਈਡਰ ਵਿਚਾਰਾ ਸਿਲੰਡਰ 'ਤੇ ਜਾਣਦੇ ਆ ਜੀ ਉਹੀ ਜਿਹਨਾਂ ਨੂੰ ਆਪਾਂ ਲੰਘਾਇਆ ਸੀ ਫਸ ਗਏ ਸੀ ਜਿਹੜੇ ਕਈ ਚੀਜ਼ਾਂ ਮੈਂ ਰਿਕਾਰਡ ਨਹੀਂ ਕੀਤੀਆਂ ਵਿੱਚ ਕਿੰਨੀਆਂ ਜੀ ਕਹਾਂ ਕਿੱਥੇ ਇੰਨੀਆਂ ਚੀਜ਼ਾਂ ਉਹ ਆ ਗਿਆ ਹਿਮਾਚਲ ਦਾ ਪਾਸ ਦੇਖਿਆ ਇਹ ਲੱਦਾਖ ਵਾਲੇ ਆ ਨਾ ਇਹਨਾਂ ਦੀ ਸ਼ਕਲ ਤਾਂ ਹੀ ਲੱਦਾਖੀਆਂ ਵਾਲੀ ਆ ਚੈੱਕ ਪੁਆਇੰਟ 12 ਲਾ ਚਲਾ 33 ਕਿਲੋਮੀਟਰ ਇੱਧਰ ਲਗਾਉਣਾ ਮੈਂ ਇੱਥੇ ਨੋਟ ਕਰਾਉਣਾ ਸਾਰਾ ਕੁਛ ਇੱਧਰ ਦੀ ਬਹੁਤ ਮੰਦਾ ਹਾਲ ਆ ਗਿਆ ਬਾਹਲਾ ਹੀ ਮੰਦਾ ਹਾਲ ਆ ਹੁਣ ਅਸੀਂ ਹੁਣੇ ਹਜੇ ਐਂਟਰੀ ਹੋਏ ਹਿਮਾਚਲ ਦੇ ਵਿੱਚ ਹੁਣੇ ਹੀ ਹਜੇ ਅਤੇ ਐਂਟਰ ਹੋਏ ਹਾਂ ਇੱਕ ਤਾਂ ਆਹ ਪੁਲ ਵਾ ਦੂਜਾ ਉਹ ਵੇਖੋ ਸਾਹਮਣੇ ਲੱਦਾਖ 'ਚ ਨਹੀਂ ਸਾਨੂੰ ਕਿਤੇ ਦਿਸੇ ਇਹ ਬਸ ਇੱਥੇ ਵੜਦੇ ਹਾਂ ਨਾਲ ਹੀ ਚਿਲਡ ਵੀਅਰ ਲਿਖਿਆ ਉੱਥੇ ਪੰਜਾਬ ਵਾਲਾ ਹਾਲ ਹੀ ਆ ਪੰਜਾਬ 'ਚ ਵੀ ਗਲੀ ਗਲੀ ਮੇਂ ਠੇਕਾ ਹੈ ਓਕੇ ਓਕੇ ਧੀਰੇ ਧੀਰੇ ਕਿੱਥੇ ਇੱਥੇ ਕਨੇਡਾ ਖੁਬੀ ਜਾਂਦੀ ਸੀ ਇਹ ਤਾਂ ਮੰਨ ਮੰਨਣ ਹੀ ਨਹੀਂ ਦੀ ਪੈਰ ਹੀ ਨਹੀਂ ਮੈਂ ਰੇਸ 'ਤੇ ਰਾਤ ਦਾ ਬਿਨਾਂ ਰੇਸ ਤਾਂ ਤੁਰੀ ਜਾਂਦੀ ਆ ਹੁਣ ਆਉਣੀਆਂ ਦੋ ਡੈਸਟੀਨੇਸ਼ਨਾਂ ਉਹ ਸਾਹਮਣੇ ਬਰਫ਼ ਪਈ ਆ ਪਹਾੜੀ ਦੇ ਉੱਪਰ ਹਿਮਾਚਲ 'ਚ ਸਾਡੀਆਂ ਸਿੰਮਾਂ ਚੱਲਣ ਲੱਗ ਪੜੀਆਂ ਹੁਣ ਹੋਰ 15-20 ਮਿੰਟ ਤੱਕ ਮੈਂ ਵੀ ਉਹ ਚੈੱਕ ਕਰੋ ਕਿੰਨਾ ਬੱਦਲ ਉੱਤੇ ਟੱਚ ਹੁੰਦੇ ਆ ਪਹਾੜ ਦੇ ਉੱਤੇ ਉਹ ਪਹਾੜ ਵੇਖਣ ਵਾਲੇ ਆ ਕਿਆ ਚੀਜ਼ਾਂ ਆ ਯਾਰ ਸੱਜਣੋ ਮਿੱਤਰੋ ਅਸੀਂ ਪਹੁੰਚ ਗਏ 12 ਲਾਚਾ ਜਿਹੜੀ ਬਹੁਤ ਜ਼ਿਆਦਾ ਹਾਈਟ ਆ ਇੱਥੇ ਸਨੋਅ ਪੈਣ ਦੀ ਆ ਮਾੜੀ ਇੱਧਰ ਵੇਖੋ ਸਾਰਾ ਨਾ ਓਹੋ ਇੰਨੀ ਠੰਡ ਆ ਨਾ ਬੜਾ ਹੀ ਕੰਮ ਖਰਾਬ ਆ ਇੱਥੇ ਮਾੜੇ ਹਵਾ ਦੇ ਨਾ ਉਹਦੇ ਦੂਜੀ ਦੇ ਬੁੱਲੇ ਜਿਹੇ ਆਉਂਦੇ ਆ ਹਾਂ ਥੋੜ੍ਹੀ ਜਿਹੀ ਉਹ ਜ਼ਿਆਦਾ ਹਾਈਟ 'ਤੇ ਆ ਪੈ ਗਈ ਉੱਤੇ ਦੇਖ ਪੈ ਗਈ ਫਿਰ ਵਧੀ ਜਾਂਦੀ ਆ ਨਾ
वाली ठंड है। मैं तनु क्या ही ना मोटी जैकेट ले लो ऊपर दूजी टोपी लो डबल डबल ले लिया तामी ठीक है चलिए गां ओ अगे अजे ओ ऊपर जाना ही उथे होर काम है चलो जी हौली हौली पहुंचे बारह लाचा पूरी हाइट ते ओ सुनो ही सुनो बल्ले 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 इधर बल्ला बल्ला ठंड बड़ी उधर इधरों तेज वजन दी है इनू कुदरत रंग उधरले बन्ने धोपे इधर स्नो पैन दई आ सामने मैं दिखा तुम सड़क वाइट ही हुई पाखो थले डिगदी नाल पिघली भी जाती है वो थार भर गई मेरे नाल इधर मनाली वाली टनल दे कोल आ गए हां दो तीन मिनट का ही राह रह गया बस आवे हुण टनल पार कर लिए फिर मिलदे तुहानू टनल तो बाहर जाके परले पास मीह पड़ रहा है टनल पार की मीह चलो हम मनाली वेख देखते उ मिलते है ना।